ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਜਥਾ 9 ਨਵੰਬਰ ਨੂੰ ਪਾਕਿਸਤਾਨ ਜਾਵੇਗਾ। ਇਸ ਜਥੇ ਵਿੱਚ ਪੰਜਾਬ ਦੇ ਵਿਧਾਇਕਾਂ ਤੋਂ ਇਲਾਵਾ ਧਾਰਮਿਕ ਸੰਸਥਾਵਾਂ ਨਾਲ ਜੁੜੇ ਲੋਕ ਵੀ ਸ਼ਾਮਲ ਹੋਣਗੇ। ਉਸ ਤੋਂ ਬਾਅਦ ਕੱਲ੍ਹ ਜਿਹੜਾ ਸੀਐਮ ਸਾਹਿਬ ਲੀਡ ਕਰਕੇ ਲੈ ਕੇ ਜਾ ਰਹੇ ਨੇ ਸਾਰਿਆਂ ਨੂੰ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ, ਉਹਦੇ ਬਾਰੇ ਸਾਰੀਆਂ ਤਿਆਰੀਆਂ ਹੋ ਰਹੀਆਂ ਨੇ। ਸੋ ਸਭ ਜਨਰਲ ਕੱਲ੍ਹ ਦੇ ਗੁਰੂ ਸਾਹਿਬ ਦੇ ਜਿਹੜਾ ਗੁਰਪੁਰਬ ਹੈ ਇਹਦੇ 'ਚ ਤਿਆਰੀਆਂ ਦੀ ਗੱਲਬਾਤ ਚੱਲ। ਅਤੇ ਸਰ ਜਿਵੇਂ SGPC ਦੇ ਨਾਲ ਵੀ ਗੱਲਬਾਤ ਹੋਈ ਕਿ ਕਿਸ ਤਰ੍ਹਾਂ? ਨਹੀਂ, SGPC ਨਾਲ ਗੱਲਾਂ ਹੋ ਚੁੱਕੀਆਂ, ਹੁਣ SGPC ਨਾਲ ਇਸ ਮੂਮੈਂਟ 'ਤੇ ਕੀ ਗੱਲ ਕਰਨੀ ਹੈ। ਸੋ ਜਿਹੜਾ ਫੰਕਸ਼ਨ ਸਾਡਾ ਹੈਗਾ ਉਹ ਅਸੀਂ ਆਪਣੇ ਜੋ ਵੀ ਮਰਿਆਦਾ ਦੇ ਨਾਲ, ਗੁਰ ਮਰਿਆਦਾ ਦੇ ਨਾਲ ਅਸੀਂ ਉਸ ਫੰਕਸ਼ਨ ਨੂੰ ਪੂਰਾ ਲੋਕਾਂ ਦੇ ਵਾਸਤੇ, ਸਹੂਲਤਾਂ ਲੋਕਾਂ ਦੇ ਵਾਸਤੇ, ਉੱਥੇ ਆਉਣ ਜਾਣ, ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜੋ ਕੀਰਤਨ, ਹਰ ਚੀਜ਼ ਜਿਹੜੀ ਹੈ ਮਰਿਆਦਾ ਦੇ ਨਾਲ ਹੋ ਰਹੀ ਹੈ। ਦੇਖੋ, ਲਿਸਟ ਤਾਂ ਫਾਈਨਲ ਹੋ ਗਈ ਹੈ, ਲੇਕਿਨ ਉਹਦੇ 'ਚ ਕਿੰਨੇ ਨਾਮ ਨੇ, 500 ਹੈ, 540 ਨੇ, ਕਿੰਨੇ ਪਹੁੰਚਦੇ ਨੇ, ਕਿੰਨੇ ਅਵੇਲੇਬਲ ਨੇ, ਲੇਕਿਨ ਸਾਰਾ ਕੈਬਨਿਟ ਔਰ ਜਿਨ੍ਹਾਂ ਨੇ ਅਪਲਾਈ ਕੀਤਾ ਹੈ, ਜਿਹੜੇ ਉਦੋਂ ਤੱਕ ਰਜਿਸਟਰ ਹੋ ਗਏ ਨੇ, ਉਹ ਜ਼ਰੂਰ ਜਾਣਗੇ। ਸਾਰਿਆਂ ਨੂੰ ਮਨਜ਼ੂਰੀ ਪਾਕਿਸਤਾਨ ਦੀ ਤਰਫੋਂ ਦਿੱਤੀ ਗਈ ਹੈ? ਬਿਲਕੁਲ, ਉਹ ਮਨਜ਼ੂਰੀ ਦੇ ਨਾਲ ਹੀ ਜਾਵਾਂਗੇ, ਬਗੈਰ ਮਨਜ਼ੂਰੀ ਤਾਂ ਜਾ ਹੀ ਨਹੀਂ ਸਕਦੇ। ਗਵਰਨਮੈਂਟ ਆਫ ਇੰਡੀਆ ਨੇ, ਇਮੀਗ੍ਰੇਸ਼ਨ ਵਾਲਿਆਂ ਨੇ ਹਰ ਇੱਕ ਚੀਜ਼ ਦੀ ਕਨਫਰਮੇਸ਼ਨ ਕਰਤੀ ਹੈ। ਸੋ ਸਰ, ਜਿਹੜੇ ਪਾਕਿਸਤਾਨ ਦੀ ਜਾਣਕਾਰੀ ਮਿਲ ਪਾ ਰਹੀ ਹੈ, ਆਪਣੇ ਪਰਿਵਾਰਾਂ ਸਮੇਤ ਜਾ ਰਹੇ ਨੇ, ਮੈਨੂੰ ਇਹ ਨਹੀਂ ਜੀ ਪਤਾ, ਮੈਂ ਤਾਂ 1.25 ਲੱਖ ਹੀ ਜਾ ਰਿਹਾ। ਸਰ, ਪਾਕਿਸਤਾਨ ਤੋਂ ਕੋਰੀਡੋਰ ਦੀ ਜਿਹੜੀ ਐਂਟਰੈਂਸ ਹੈ ਉਹਦੇ ਉੱਪਰ ਬੋਰਡ ਲਾਇਆ ਪਾਕਿਸਤਾਨ ਵੱਲੋਂ ਕਿ ਜਿਹੜਾ ਖੂਹ ਹੈਗਾ ਉਹਦੇ ਵਿੱਚ ਕਿ ਭਾਰਤ ਵੱਲੋਂ ਇਹਦੇ ਵਿੱਚ ਬੰਬ ਸੁੱਟੇ ਗਏ ਸੀ, ਲੇਕਿਨ ਉਹਦਾ ਗੁਰਦੁਆਰਾ ਸਾਹਿਬ ਨੂੰ ਆਂਚ ਤੱਕ ਨਹੀਂ ਆਈ, ਇਸ ਤਰ੍ਹਾਂ ਦੇ ਬੋਰਡ ਲਾਉਣ? ਦੇਖੋ, ਇਸ ਤਰ੍ਹਾਂ ਦੀਆਂ ਗੱਲਾਂ, ਇਹ ਪੋਲੀਟੀਸਾਈਜ਼ ਔਰ ਇਹ ਜਿਹੜੀਆਂ ਇਹ ਮਨੁੱਖਤਾ ਦੀਆਂ ਗੱਲਾਂ ਨਹੀਂ ਹੈਗੀਆਂ। ਅੱਜ ਸਾਨੂੰ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਅਸੀਂ ਉਸ ਪੀਰ ਪੈਗੰਬਰ ਦੀ ਯਾਦ 'ਚ ਉੱਥੇ ਜਾ ਰਹੇ ਹਾਂ ਜਿਨ੍ਹਾਂ ਨੇ ਮੈਸੇਜ ਜੋ ਉਹਨਾਂ ਦਾ ਹੈਗਾ ਉਹ ਗੱਲ ਕਰੀਏ, ਔਰ ਇਹ ਜਿਹੜੀਆਂ ਨਫ਼ਰਤ ਭਰੀਆਂ ਗੱਲਾਂ ਕਿ ਜੀ ਬੰਬ ਸਿੱਟਿਆ, ਇਹ ਸਿੱਟਿਆ, ਤਾਂ ਖੂਹ ਦੇ ਵਿੱਚ ਹੀ ਬੰਬ ਡਿੱਗਣਾ ਸੀਗਾ, ਇਹ ਗੱਲਾਂ 'ਚ ਦੁਨੀਆ ਨਹੀਂ ਬਿਲੀਵ ਕਰੇਗੀ। ਵਾਹਿਗੁਰੂ ਨੂੰ ਪਤਾ ਕੀ ਹੋਇਆ ਕੀ ਨਹੀਂ। ਠੀਕ ਹੈ ਸਰ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਸਿੱਖ ਧਰਮ ਦੇ ਬਾਨੀ, ਮਹਾਨ ਦਾਰਸ਼ਨਿਕ, ਕੁੱਲ ਦੁਨੀਆ ਦੇ ਰਾਹ ਦਸੀਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਸੰਸਾਰ ਭਰ ਦੇ ਕੋਨੇ ਕੋਨੇ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਆਓ, ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ, ਕੁਦਰਤ ਬਚਾਈਏ ਅਤੇ ਮਨੁੱਖਤਾ ਦੇ ਹਾਨੀ ਬਣੀਏ। ਇਸ ਮਹਾਨ ਅਵਸਰ ਤੇ ਅਜੀਤ ਵੈਬ TV ਦੀ ਟੀਮ ਆਪਣੇ ਦਰਸ਼ਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਹੋਣ ਵਾਲੇ ਸਮਾਗਮਾਂ ਦੀ ਲਗਾਤਾਰ ਪੇਸ਼ਕਾਰੀ ਦਿਖਾ ਕੇ ਰੂਹਾਨੀਅਤ ਦੇ ਰੰਗ ਨਾਲ ਜੋੜੇਗੀ। ਸੋ ਲਗਾਤਾਰ ਵੇਖਦੇ ਰਹੋ ਅਜੀਤ ਵੈਬ TV। ਧੰਨ ਧੰਨ ਵਾਹਿਗੁਰੂ।